ਡਾਕਟਰ ਦੇ ਕਲੀਨਿਕ ਜਾਇਆ? ਓਏ ਮੈਂ ਦਾਖਲ ਹੋਣਾ ਹੈ। ਵਜਾ? ਆ ਮੈਂ ਬਿਮਾਰੀ ਹੈ, ਮੈਨੂੰ ਮੈਂ ਗੱਲ ਕਰਕੇ ਭੁੱਲ ਜਾਂਦਾ। ਮੈਂ ਫਿਰ ਤੁਹਾਡੇ ਨਾਲ ਰਿਸ਼ਤਾ ਨਹੀਂ ਕਰਨਾ, ਤੂੰ ਤਾਂ ਭੁੱਲ ਜਾਂਦਾ। ਤੂੰ ਸਾਨੂੰ ਨਾ ਭੁੱਲਦਾ, ਨਹੀਂ ਮੈਂ ਨਹੀਂ। ਸਾਰੇ ਰਲ ਕੇ ਤੁਹਾਡੇ ਨਾਲ ਆ ਜਾਵਾਂਗੇ। ਸਾਲਿਆ ਐਡਾ ਲੰਮਾ ਕੱਲਾ ਹੀ ਨਹੀਂ ਮਾਂ ਨੂੰ, ਤੂੰ ਸਾਰਿਆਂ ਨੂੰ ਲਾ ਲਾ। ਏ ਯਾਰ ਮੈਨੂੰ ਦਾਖਲ ਕਰਾ, ਮੇਰਾ ਇਲਾਜ ਕਰਾ। ਇਹ ਭਲਾ ਉਹ ਮੇਰੀ ਜਾਨ ਕੱਢਣ ਆਇਆ ਜੇ। ਜੁੱਤੀ ਵੇਖ ਸਾਲਿਆ, ਸੱਪ ਮਾਰ ਕੇ ਬਣਾਈ। ਇਸੇ ਮੂੰਹ ਨਾਲ ਬੰਦਿਆਂ ਚ ਫਿਰੀ ਜਾਂਦਾ, ਤੈਨੂੰ ਪੁੱਛਣ ਦੱਸਣ ਵਾਲਾ ਕੋਈ ਨੀ। ਲੱਗਦਾ ਨੀ ਕਬਰ ਤਾਂ ਦੀਵਾ ਰੱਖਿਆ ਚਮਲ ਜਹਾਨ ਦੀ। ਮੈਂ ਵੇਖ ਹੋਰਨਾ, ਲੱਗਦਾ ਚੌਂਕ ਚ ਕੋਈ ਬੰਦਾ ਨਹੀਂ। ਮੈਂ ਕਿਹਾ ਧੁੰਦ ਚ ਦੌੜਨ ਵਾਲਾ ਕੁੱਤਾ ਵੇਖਿਆ ਹੀ ਨਹੀਂ। ਕੁਕੜੀ ਆਂਡਾ ਦੇ ਕੇ ਚੁੱਕਣ ਵਾਲੀ ਵੇਖੀ ਨਹੀਂ। ਇੱਕ ਪਰ ਵਾਲਾ ਪੱਖਾ ਵੇਖਿਆ ਹੀ ਨਹੀਂ। ਤਿੰਨਾਂ ਥਣਾਂ ਵਾਲੀ ਬੱਕਰੀ ਵੇਖੀ ਨਹੀਂ। ਪੈਟਰੋਲ ਪਾਉਣ ਵਾਲਾ ਹੈਂਡਲ ਵੇਖਿਆ ਹੀ ਨਹੀਂ। ਆਪਣੇ ਪਣਵਈਏ ਵੇਖੇ ਹੀ ਨਹੀਂ। ਰਲ ਕੇ ਕਦੀ ਆਪਣਾ ਆਪਾ ਵੇਖਿਆ? ਉਹਦੀ ਵੱਖੀ ਜੱਬਾ ਮਾਰਤਾ ਹੀ। ਬੜਾ ਬੜਾ ਨਿਸ਼ਾਨਾ, ਬੜਾ ਤੇਰਾ ਪਸਤਾਉ ਲੱਗਾ ਤੂੰ। ਮੈਂ ਇਹ ਦੱਸੋ, ਇਹ ਕੌਣ ਨਕਸ਼ਾ ਸਮਝਾਉਣ ਵਾਲੀ ਸੋਟੀ? ਛਾਪਾ ਪੈ ਗਿਆ ਦਾਈ ਦੀਆਂ ਨਸਾਂ ਦੇ ਪੈਰ ਦੇ ਕੇ ਟੁਰ ਗਏ। ਯਾਰ ਤੁਸੀਂ ਸਾਰੇ ਉਹਦੇ ਨਾਲ ਰਲਿਓ, ਸਿਰਫ ਉਹਦੀਆਂ ਮੁੱਛਾਂ ਤੋਂ ਡਰ ਕੇ, ਹੋਰ ਗੱਲ ਕੋਈ ਨਹੀਂ ਹੈਗੀ। ਭਲਾ ਕਿਵੇਂ ਜੰਮਿਆ? ਸਾਡੀ ਵਾਰੀ ਕੀ ਗੱਲਾਂ ਕਰਨ ਡਿਆ? ਇਹ ਹੁਣੇ ਦੇਖਦਾ ਕੀ ਹਾਲ ਹੁੰਦਾ। ਉਹ ਗੱਲ ਸੁਣ, ਮੈਂ ਅੰਦਰ ਇੱਕ ਫਿਲਮ ਦੇਖ ਰਿਹਾ ਸਾਂ ਇੰਡੀਆ ਦੀ। ਕਿਹੜੀ? ਕਰਨ ਅਰਜੁਨ। ਅੱਛਾ। ਉਹਦੇ 'ਚ ਅਮਰੇਸ਼ ਪੁਰੀ ਸਾਹਿਬ ਠਾਕਰ ਬਣੇ ਸਨ। ਹਾਂ। ਠਾਕਰ ਦੀ ਭੈਣ ਨੂੰ 5-6 ਬੰਦੇ ਚੁੱਕ ਲੈ ਗਏ। ਇੱਧਰ ਆਇਆ, ਇੱਧਰ ਆਇਆ, ਮਤਲਬ ਸਾਡੇ ਤੇ ਵੀ ਪਰਚਾ ਹੁੰਦਾ। 5-6 ਠਾਕਰ ਏਡਾ ਤੂੰ ਚਲਾਕ ਨੰਗ ਬਾਣ, ਮੈਨੂੰ ਗੱਲ ਦੀ ਸਮਝ ਆ ਗਈ। ਬੜੀ ਮਿਹਰਬਾਨੀ ਪੀਰ ਸਾਹਿਬ, ਤੁਸੀਂ ਮੇਰੇ ਨਾਲ ਬੜੀ ਰਿਆਇਤ ਕੀਤੀ। ਮੈਂ ਨਾ ਕਿੱਡਾ ਸੋਹਣਾ ਮੁਕਦਮਾ ਲੜੇ। ਡਾਕਟਰ ਨਾਗੀ ਤੁਹਾਡਾ ਨਾਂ ਹੈ? ਇਹ ਕੌਣ ਤੋਤਿਆਂ ਦਾ ਮੁਰਸ਼ਦ?
ਆ ਡਾਕਟਰ ਨਾਗੀ ਤੁਹਾਡਾ ਨਾਮ ਹੈ? ਨਾ ਮੈਂ ਡਿਸਕੋ ਨਾ ਮੈਂ ਸਾਦੀ ਡਾਕਟਰ ਨਾਗੀ ਡਾਕਟਰ ਨਾਗੀ ਆ ਇੱਕ ਕਤਲ ਦੇ ਬਲਾ ਕਿੰਨੇ ਪੈਸੇ ਹੁੰਦੇ ਨੇ? ਕਤਲ ਦੇ ਇੱਕ ਆਪਰੇਸ਼ਨ ਦੇ ਬਲਾ ਕਿੰਨੇ ਪੈਸੇ ਹੁੰਦੇ? ਮੈਂ ਦੱਸਣਾ ਇਹ ਮਰੀਜ਼ ਆ ਜ਼ੇਨ ਨਹੀਂ ਠੀਕ ਗੱਲ ਕਰਕੇ ਭੁੱਲ ਜਾਂਦਾ। ਅੱਛਾ ਅੱਛਾ ਭੁੱਲ ਜਾਂਦਾ ਇਹਨੂੰ ਚਪੇੜਾ ਮਾਰੋ। ਇਹ ਗੱਲ ਮੈਂ ਨਹੀਂ ਭੁੱਲਦਾ। ਚਪੇੜਾਂ ਵੱਜੀਆਂ ਤੇ ਪੁੱਠੀ ਮਾਫੀ ਵਰਗਾ ਮੂੰਹ ਹੋਇਆ। ਓਏ ਹੈ ਕੌਣ ਇਹ ਪਲਾਸਟਿਕ ਦੇ ਕੁਲਚੇ ਵੇਚਣ ਵਾਲਾ? ਇਹ ਇਹ ਭਲਾ ਪੀਣਾ ਕਿਸ ਤਰ੍ਹਾਂ ਹੈ? ਇੱਕ ਬੰਦਾ 4-5 ਘੰਟੇ ਹੀ ਖਲੋ ਤੋਰ ਪਰਾ ਹੋ ਜਾ। ਬੈਜ ਕਰ ਗਿਆ ਸਾ। ਐਦੀਆਂ ਭਲਾ ਨਸ ਚੌੜੀਆਂ ਕਿਸ ਤਰ੍ਹਾਂ ਹੋਈ? ਇਹ ਭਲਾ ਦਾਈ ਦਾਈ ਨੂੰ ਇਹਦੀ ਮਾਂ ਨੇ ਪੈਸੇ ਨਹੀਂ ਦਿੱਤੇ, ਉਹ ਜਾਣ ਲੱਗੇ ਇਹਦੀਆਂ ਉਂਗਲਾਂ ਦੀਆਂ ਨਸਾਂ ਤੁਹਾਨੂੰ। ਯਾਨੀ ਕਿ ਦਾਈ ਦੀ ਬਈ ਨਹੀਂ ਜੀ? ਠੀਕ ਹੈ ਨਾ, ਮੇਰੀ ਮਾਂ ਨੇ ਮੈਨੂੰ ਪਿਆਰ ਹੀ ਬੜਾ ਕੀਤਾ, ਮੇਰਾ ਸੋਹਣਾ, ਮੇਰਾ ਕਾਕਾ, ਮੇਰਾ ਪਿਓ ਦਾ ਮੇਰਾ ਮੂੰਹ ਅਗਾਂਹ ਨੂੰ ਹੀ ਨਿਕਲ ਗਿਆ। ਤੇਰੀ ਮਾਂ ਨੇ ਤਾਂ ਤੈਨੂੰ ਪਿਆਰ ਹੀ ਨਹੀਂ ਕੀਤਾ, ਤੈਨੂੰ ਪੰਗੂੜੇ 'ਚ ਪਾ ਕੇ ਤੇ ਲੱਤ ਨਾਲ ਰੱਸੀ ਬੰਨ ਕੇ ਬੈਠੀ ਹੁੰਦੀ ਸੀ। ਉਰਮਰ ਤੋਂ ਪਰਮ ਉਰਮਰ ਤੋਂ ਪਰਮ ਉਰਮਰ ਤੋਂ ਪਰਮ ਉਹ ਹਰ ਵਾਰੀ ਲੱਤ ਤੇਰੀਆਂ ਨਸਾਂ ਤੇ ਵੱਜਦੀ। ਜਿੰਨਾ ਮਰਜ਼ੀ ਬਲੱਡ ਪ੍ਰੈਸ਼ਰ ਹਾਈ ਕਰ, ਮੇਰੀ ਗੱਲ ਉੱਥੇ ਹੀ, ਮੈਂ ਤੇਰੇ ਮੂੰਹ ਦਾ ਪਿਛਾ ਨਹੀਂ ਛੱਡਣਾ। ਆ ਮੂੰਹ ਵੇਖੋ ਜੀ, ਗੌਰ ਨਾਲ ਜ਼ਰਾ ਇਧਰ ਮੂੰਹ ਕਰ। ਹੈਲੋ ਕਹਿ। ਹੈਲੋ। ਪਹਿਲਾ ਮੂੰਹ ਜਿਹੜਾ ਅੱਗੇ ਨਿਕਲ ਜਾਂਦਾ, ਫਿਰ ਕਹੀਂ ਹੈਲੋ। ਹੈਲੋ। ਫਿਰ ਕਹੀਂ ਹੈਲੋ। ਫਿਰ ਕਹੀਂ ਹੈਲੋ। ਨਹੀਂ ਕੋਈ ਚੁੱਕਣ ਡਿਆ ਸਾਲਿਆ, ਕਦ ਲਈ ਹੈਲੋ ਹੈਲੋ ਕਰੀ ਆਉਣ ਡਿਆ ਹੋਏ? ਤੇਰੀ ਮਾਂ ਮੇਸ ਕਾਲਾ ਮਾਰਦੀ। ਆਪਣਾ ਵਾਲ ਸਾਹਿਬ ਹਯਾਤ ਨੇ ਜਾਂ ਵਾਹ ਹਯਾਤ ਨੇ? ਸਾਰੀ ਦੁਨੀਆਂ ਤੇਰੇ ਘਰ ਜਾਂਦੀ, ਤੂੰ ਨੀ ਜਾਂਦਾ। ਮੈਂ ਵੈਸੇ ਹੈਰਾਨ ਆ ਕਿ ਤੁਸੀਂ ਮੇਰੇ ਕੋਲ ਇੰਨਾ ਕਿਉਂ ਪੁੱਛਦੇ ਹੋ? ਯਾਰ ਮੈਂ ਤੇ ਮਸ਼ਹੂਰ ਬੰਦਾ। ਲੈ ਦੱਸ ਮੇਰੇ ਤੋਂ ਕਿਹੜਾ ਸ਼ਰਾਰਤੀ ਮਸ਼ਹੂਰ? ਮੈਂ ਇੱਕ ਵਾਰੀ ਸਾਈਕਲ ਲਈ ਕਿਰਾਏ ਤੇ, ਲੈ ਜੀ ਮੈਂ ਬਜਾਈ ਜਾਵਾਂ ਬਜਾਈ ਜਾਵਾਂ ਬਜਾਈ ਜਾਵਾਂ, ਵਿੱਚ ਮੇਰੀ ਧੋਤੀ ਫਸ ਗਈ। ਲੈ ਜੀ ਮੈਂ ਕੁੜਤਾ ਫਸਾ ਕੇ ਤੇ ਧੋਤੀ ਕੱਢੀ, ਆ ਕੋਲੋਂ ਕੁਦਰਤੀ ਇੱਕ ਔਰਤ ਪਈ ਲੰਘੇ, ਮੈਂ ਉਹ ਫਸਾ ਕੇ ਤੇ ਮੁੜ ਕੁੜਤਾ ਕੱਢਿਆ, ਮੁੜ ਮੈਂ ਉਹ ਔਰਤ ਕੱਢੀ, ਉਹਦੇ ਨਾਲ ਸ਼ਾਦੀ ਕੀਤੀ, ਉਹਦੇ ਵਿੱਚੋਂ ਤੇ ਮੇਰੇ 3 ਬੱਚੇ ਹੋਏ। ਸਰਦੀਆਂ ਗਰਮੀਆਂ ਇੱਕ ਕਤਲ ਦੀ ਕਿੰਨੀ ਫੀਸ? ਇੱਕ ਆਪਰੇਸ਼ਨ ਦੀ ਕਿੰਨੀ ਫੀਸ?
ਅੱਛਾ 12 ਵਜੇ ਜਾਣੀ ਬੱਤੀ